ਸਤਿ ਸ਼੍ਰੀ ਅਕਾਲ ABP ਸਾਂਝਾ ਤੇ ਸਾਂਝਾ ਸਪੈਸ਼ਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਭੁੱਲਰਜੀਤ ਸਿੰਘ। 1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦਾ ਨਵਾਂ ਕਾਰਜਕਾਰੀ DGP ਤਾਇਨਾਤ ਕਰ ਦਿੱਤਾ ਗਿਆ ਹੈ। ਕਾਬਿਲੇ ਗੌਰ ਹੈ ਕਿ ਗੌਰਵ ਯਾਦਵ ਇਸ ਵੇਲੇ CM ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਤਾਇਨਾਤ ਨੇ ਤੇ ਉਹਨਾਂ ਨੂੰ DGP ਕਾਰਜਕਾਰੀ DGP ਦਾ ਵਾਧੂ ਚਾਰਜ ਸੰਭਾਲ ਦਿੱਤਾ ਗਿਆ। ਆਖਿਰ ਕੌਣ ਨੇ ਗੌਰਵ ਯਾਦਵ, ਇੱਕ ਨਜ਼ਰ ਮਾਰ ਲੈਂਦੇ ਹਾਂ। IPS अधिकारी गौरव यादव हुन पंजाब दे अगले कार्यकारी DGP बन गए ने। मौजूदा DGP VK पवरा दी छुट्टी मंजूर होने तो बाद गौरव यादव नु ए जिम्मेवारी सौंपी गई है। VK पवरा वलो केंद्रीय डेपुटेशन ते जान दी इच्छा जाहिर कीती गई सी, जिस नु पंजाब सरकार अते गृह विभाग ने मंजूरी दे दित्ती। हुन गौरव यादव नु DGP दा वाधू चार्ज दित्ता गया, यानी कि पंजाब नु हुन पिछले करीब एक साल दे अंदर पंजवां नवा DGP मिल चुकिया है। DGP ਦਾ ਅਹੁਦਾ ਕਾਫੀ ਅਹਿਮ ਮੰਨਿਆ ਜਾਂਦਾ ਹੈ ਅਤੇ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਪਹਿਲਾਂ ਹੀ ਘਿਰੀ ਹੋਈ ਹੈ। ਅਜਿਹੇ 'ਚ ਮੁੱਖ ਮੰਤਰੀ ਦੀ ਕੋਸ਼ਿਸ਼ ਸੀ ਕਿ ਇਸ ਅਹਿਮ ਅਹੁਦੇ ਤੇ ਆਪਣੇ ਭਰੋਸੇਯੋਗ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ। ਲਿਹਾਜ਼ਾ ਮੁੱਖ ਮੰਤਰੀ ਦੇ ਨਾਲ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਗੌਰਵ ਯਾਦਵ ਇਸ ਵੇਲੇ ਉਹਨਾਂ ਦੀ ਪਹਿਲੀ ਪਸੰਦ ਨੇ। ਆਖਿਰ ਕੌਣ ਨੇ ਗੌਰਵ ਯਾਦਵ, ਇਹ ਵੀ ਜਾਣ ਲੈਂਦੇ ਹਾਂ। गौरव यादव 1992 बैच दे IPS अधिकारी ने, मुख्यमंत्री दे विशेष प्रमुख सकत्तर ने, कुछ दिन पहला ही DG प्रमोट हुए। 2016 च पुलिस दी खुफिया विंग दे मुखी वजो काम कर चुके ने। 4 साल बतौर पुलिस कमिश्नर जलंधर च तैनात रहे। 10 साल तक पंजाब के वक् वक् जिलों बतौर SSP तैनात रहे ने। 2002 तो 2004 तक चंडीगढ़ के SSP रहे। 1992 बैच के IPS अधिकारी गौरव यादव हाले महज 10 दिन पहला ही DG प्रमोट हुए ने अते नाल दी नाल ही हुण ओ सब तो घट उम्र दे पंजाब दे कार्यकारी DGP बन गए ने। लिहाजा कह सकते हैं कि हुण पंजाब नू लंबे समय तक एक स्थाई DGP मिलन की उम्मीद है, क्योंकि DGP गौरव यादव दी रिटायरमेंट 2029 च होनी है। हालांकि स्थाई DGP कौन होवेगा, ए पंजाब सरकार वलो UPSC नू भेजी गई लिस्ट ते मोहर लगन तो बाद ही तय होवेगा। 1997 बैच दे IPS अधिकारी VK पवरा दे बतौर DGP रहंदियां सूबे दी कानून व्यवस्था पूरे तरीके दे नाल डगमगाई। इंटेलिजेंस दी बिल्डिंग ते रॉकेट लॉन्चर दे नाल हमला अते सिद्धू मूसेवाला दा दिन दिहाड़े कत्ल करन समेत कई अजिहियां वारदातां होईयां जो उहनां दे 6 महीने दे DGP दे कार्यकाल ते कई सवाल खड़े करदियां ने। लिहाजा हुण पंजाब पुलिस दी कमान नौजवान IPS अधिकारी गौरव यादव दे मोढ़ियां ते है। 1992 बैच दे IPS गौरव यादव अपने तो 5 सीनियर IPS अधिकारियों नु क्रॉस करके पंजाब दा कार्यकारी DGP बन चुके ने, जिन्हां च 1984 बैच दे IPS DGP प्रबोध कुमार इस वेले स्पेशल DGP इंटेलिजेंस तैनात ने। 1988 बैच IPS इकबाल प्रीत सिंह सहोता जो इस वेले स्पेशल DGP आर्म्ड बटालियन तैनात ने, साबका कार्यकारी DGP पंजाब रह चुके ने। 1999 बैच दे IPS संजीव कालरा, 1999 बैच दे IPS पराग जैन, 1991 बैच दे IPS BK उपल शामिल ने। इस वेले मुख्यमंत्री भगवंत मान दे नाल विशेष प्रमुख सकत्तर वजो काम कर रहे IPS गौरव यादव उन्हां दी पहली पसंद ने। ਇੱਥੇ ਵੇਲਾ ਉਹ ਚੱਲਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਆਖਿਰ ਕਿਹੜੇ ਉਹ ਵੱਡੀਆਂ ਵਾਰਦਾਤਾਂ ਸੀ ਜਿਸ ਦੇ ਚੱਲਦੇ VK ਪਾਵਰਾ ਨੂੰ ਆਪਣੀ ਕੁਰਸੀ ਛੱਡਣੀ ਪਈ। ਬ੍ਰੇਕ ਤੋਂ ਬਾਅਦ ਸਵਾਗਤ ਹੈ। VK ਪਾਬਰਾ ਇਸ ਵੇਲੇ ਛੁੱਟੀ 'ਤੇ ਚਲੇ ਗਏ ਨੇ। 6 ਮਹੀਨੇ ਬਤੌਰ ਪੰਜਾਬ ਦੇ DGP ਰਹਿਣ ਤੋਂ ਬਾਅਦ ਉਹਨਾਂ ਨੇ ਕੇਂਦਰ ਨੂੰ ਆਪਣਾ ਡੈਪੂਟੇਸ਼ਨ 'ਤੇ ਜਾਣ ਦੇ ਲਈ ਵੀ ਚਿੱਠੀ ਲਿਖ ਦਿੱਤੀ ਗਈ ਹੈ। ਕਾਬਿਲੇ ਗੌਰ ਹੈ ਕਿ ਆਪਣੇ ਇਸ ਕਾਰਜਕਾਲ ਦੇ ਦੌਰਾਨ VK ਪਾਬਰਾ ਦੇ ਉੱਪਰ ਕਈ ਸਵਾਲ ਵੀ ਉੱਠੇ ਨੇ, ਜਿਵੇਂ ਕਿ ਸਿੱਧੂ ਮੂਸੇਵਾਲਾ ਦੇ ਮਰਡਰ ਕੇਸ ਦੀ ਗੱਲ ਕਰੀਏ, ਇੰਟੈਲੀਜੈਂਸ ਬਿਲਡਿੰਗ ਦੇ ਉੱਪਰ ਹੋਏ ਅਟੈਕ ਦੀ ਗੱਲ ਕਰੀਏ, ਪਟਿਆਲਾ ਦੇ ਵਿੱਚ ਹੋਈ ਜਿਹੜੀ ਕਾਲੀ ਮਾਤਾ ਮੰਦਿਰ ਦੇ ਵਿੱਚ ਹਿੰਸਾ ਨੂੰ ਲੈ ਕੇ ਕਰੀਏ, ਤਾਂ ਅਜਿਹੇ ਕਈ ਵਾਰਦਾਤ ਨੇ ਜਿਸ ਦੀਆਂ ਪੰਜਾਬ ਪੁਲਿਸ ਜਿਹੜੀ ਆ ਉਹ ਗੁੱਥਲੀ ਸੁਲਝਾਉਣ ਦੇ ਵਿੱਚ ਨਾਕਾਮਯਾਬ ਰਹੀ ਹੈ। ਇੱਕ ਨਜ਼ਰ ਮਾਰ ਲੈਂਦੇ ਹਾਂ ਇਹਨਾਂ ਵਾਰਦਾਤਾਂ 'ਤੇ।
ਪੰਜਾਬ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਪਿੱਛੋਂ ਸਰਕਾਰ ਨੇ ਸੂਬੇ ਚ ਕਾਨੂੰਨ ਵਿਵਸਥਾ ਨੂੰ ਦਰੁਸਤ ਬਣਾਈ ਰੱਖਣ ਨੂੰ ਆਪਣੀ ਪਹਿਲੀ ਤਰਜੀਹ ਦੱਸਿਆ ਸੀ। ਅਜਿਹੇ ਚ ਬਤੌਰ DGP VK ਪਵਰਾ ਦੇ ਕਾਰਜਕਾਲ ਦੌਰਾਨ ਅਜਿਹੀਆਂ ਕਿਹੜੀਆਂ ਵੱਡੀਆਂ ਵਾਰਦਾਤਾਂ ਹੋਈਆਂ ਜਿਸ ਕਾਰਨ ਅੱਜ ਉਹਨਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ। ਜਨਵਰੀ 2022 ਚ IPS VK ਪਵਰਾ ਨੂੰ DGP ਦਾ ਚਾਰਜ ਦੇ ਦਿੱਤਾ ਗਿਆ ਸੀ ਅਤੇ ਬਤੌਰ DGP ਆਪਣੇ 6 ਮਹੀਨੇ ਦੇ ਕਾਰਜਕਾਲ ਦੌਰਾਨ ਸੂਬੇ ਚ ਕਈ ਅਜਿਹੀਆਂ ਘਟਨਾ ਵਾਪਰੀਆਂ ਜਿਸ ਦੇ ਨਾਲ ਸੂਬੇ ਦੀ ਕਾਨੂੰਨ ਵਿਵਸਥਾ ਉੱਪਰ ਸਵਾਲ ਉੱਠਣੇ ਸੁਭਾਵਿਕ ਸਨ। VK ਪਵਰਾ ਦੇ DGP ਰਹਿੰਦਿਆਂ 29 ਮਈ 2022 ਨੂੰ ਪ੍ਰਸਿੱਧ ਪੰਜਾਬੀ ਗਾਇਕ ਅਤੇ ਕਾਂਗਰਸ ਦੇ ਲੀਡਰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਰਕੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬੇਖੌਫ ਮੁਲਜ਼ਮਾਂ ਨੇ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਕੋਈ ਪਹਿਲੀ ਘਟਨਾ ਨਹੀਂ ਸੀ ਜੋ ਬਤੌਰ DGP VK ਪਵਰਾ ਦੇ ਕਾਰਜਕਾਲ ਦੌਰਾਨ ਕਾਨੂੰਨ ਵਿਵਸਥਾ 'ਚ ਸਵਾਲ ਖੜੇ ਕਰਦੀ ਹੋਵੇ। ਨੌ ਮਈ 2022 ਦੀ ਦੇਰ ਸ਼ਾਮ ਨੂੰ ਮੋਹਾਲੀ ਸਥਿਤ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ ਤੇ ਰਾਕੇਟ ਹਮਲਾ ਹੋਇਆ। ਇੱਥੇ ਪੰਜਾਬ ਪੁਲਿਸ ਖੁਦ ਆਪਣੇ ਇੰਟੈਲੀਜੈਂਸ ਦਫ਼ਤਰ ਦੀ ਸੁਰੱਖਿਆ ਨਹੀਂ ਕਰ ਸਕੀ। ਹਾਲ ਇਹ ਹੈ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ 3 ਮੁੱਖ ਮੁਲਜ਼ਮਾਂ ਨੂੰ ਫੜ ਨਹੀਂ ਸਕੀ ਜਿਨ੍ਹਾਂ ਹਮਲਾ ਕੀਤਾ ਸੀ। ਚੜਤ ਸਿੰਘ ਸਣੇ 2 ਮੁਲਜ਼ਮ ਹੋਰ ਨੇ ਜਿਨ੍ਹਾਂ ਦੇ ਪੁਲਿਸ ਹਾਲੇ ਤੱਕ ਨਾਮ ਵੀ ਨਹੀਂ ਦੱਸ ਪਾਈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ 'ਚ 6 ਹੋਰ ਮੁਲਜ਼ਮ ਗ੍ਰਿਫਤਾਰ ਜ਼ਰੂਰ ਕੀਤੇ ਨੇ। DGP ਮੁਤਾਬਿਕ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਗੈਂਗਸਟਰਾਂ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਮਾਸਟਰਮਾਈਂਡ ਕੈਨੇਡਾ ਬੈਠਾ ਗੈਂਗਸਟਰ ਲਖਵੀਰ ਸਿੰਘ ਲਾਡਾ ਹੈ। ਲਾਡਾ ਪਾਕਿਸਤਾਨ 'ਚ ਬੈਠੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਕਰੀਬੀ ਹੈ। ਇਹ ਹਮਲਾ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਕਹਿਣ ਉੱਤੇ ਕੀਤਾ ਗਿਆ। RPG ਦੇ ਜ਼ਰੀਏ ਰਾਕੇਟ ਦਾਗਿਆ ਗਿਆ। ਪੰਜ ਮਈ 2022 ਨੂੰ ਹਰਿਆਣਾ ਤੇ ਕਰਨਾਲ ਜ਼ਿਲ੍ਹੇ ਦੀ ਪੁਲਿਸ ਨੇ 4 ਮੁਲਜ਼ਮਾਂ ਨੂੰ ਹਥਿਆਰਾਂ ਤੇ ਬਾਰੂਦ ਸਮੇਤ ਨੈਸ਼ਨਲ ਹਾਈਵੇ ਤੋਂ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਇਨੋਵਾ ਗੱਡੀ 'ਚ ਹਾਈਵੇ ਤੋਂ ਗੁਜ਼ਰ ਰਹੇ ਸਨ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਮਿਲ ਕੇ ਬਸਤਾਡਾ ਟੋਲ ਪਲਾਜ਼ਾ ਦੇ ਕੋਲ ਨਾਕਾ ਲਾਇਆ ਸੀ। ਇਨੋਵਾ ਗੱਡੀ ਨੂੰ ਚੈਕਿੰਗ ਦੇ ਲਈ ਰੋਕਿਆ। ਗੱਡੀ ਦੀ ਤਲਾਸ਼ੀ ਲੈਣ ਤੇ ਅਸਲਾ ਤੇ ਬਾਰੂਦ ਬਰਾਮਦ ਹੋਇਆ ਸੀ। ਤੁਰੰਤ ਐਕਸ਼ਨ ਲੈਂਦਿਆਂ ਇਨੋਵਾ 'ਚ ਸਵਾਰ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 4 ਮੁਲਜ਼ਮ ਪੰਜਾਬ ਦੇ ਨਾਲ ਸੰਬੰਧਿਤ ਸਨ, 3 ਫਿਰੋਜ਼ਪੁਰ ਜਦਕਿ 1 ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਇਹ ਹਥਿਆਰ ਮੁਲਜ਼ਮ ਫਿਰੋਜ਼ਪੁਰ ਤੋਂ ਲੈ ਕੇ ਗਏ ਸਨ ਜੋ ਪਾਕਿਸਤਾਨ ਤੋਂ ਆਏ ਸਨ। ਹੁਣ ਇਹ ਤਸਵੀਰਾਂ ਪਟਿਆਲਾ 'ਚ 29 ਅਪ੍ਰੈਲ 2022 ਦੀਆਂ ਨੇ ਜਿਨ੍ਹਾਂ ਪੰਜਾਬ ਦੀ ਕਾਨੂੰਨ ਵਿਵਸਥਾ ਉੱਪਰ ਸਵਾਲ ਉਠਾਏ। ਇੱਥੇ 2 ਧਾਰਮਿਕ ਧਿਰਾਂ ਭਿੜ ਗਈਆਂ ਸਨ। ਦੋਵਾਂ ਧਿਰਾਂ ਵੱਲੋਂ ਜੰਮ ਕੇ 1 ਦੂਜੇ ਉੱਪਰ ਇੱਟਾਂ ਰੋੜੇ ਵਰਾਏ ਗਏ। ਕਈ ਪ੍ਰਦਰਸ਼ਨਕਾਰੀਆਂ ਸਣੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ। ਚੌਵੀ ਅਪ੍ਰੈਲ 2022 ਨੂੰ ਤਰਨ ਤਾਰਨ 'ਚ ਜਤਿੰਦਰਪਾਲ ਸਿੰਘ ਨਾਮ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਿੰਡ ਸੁਹਾਵਾ ਦਾ ਜਤਿੰਦਰਪਾਲ ਕੈਨੇਡਾ ਤੋਂ ਵਾਪਸ ਪਰਤਿਆ ਸੀ। 5 ਅਪ੍ਰੈਲ 2022 ਦੀ ਰਾਤ ਨੂੰ ਪਟਿਆਲਾ 'ਚ ਪੰਜਾਬੀ ਯੂਨੀਵਰਸਿਟੀ ਦੇ ਨਜ਼ਦੀਕ ਧਰਮਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਧਰਮਿੰਦਰ ਪਿੰਡ ਦੌਂਡ ਕਲਾਂ ਦਾ ਰਹਿਣ ਵਾਲਾ ਸੀ। 4 ਅਪ੍ਰੈਲ 2022 ਨੂੰ ਗੁਰਦਾਸਪੁਰ ਦੇ ਪਿੰਡ ਫੁੱਲੜਾ 'ਚ 4 ਲੋਕਾਂ ਦਾ ਕਤਲ ਹੋਇਆ। ਜ਼ਮੀਨੀ ਵਿਵਾਦ ਦੇ ਚਲਦਿਆਂ ਇਹ ਘਟਨਾ ਵਾਪਰੀ ਸੀ। 2 ਅਪ੍ਰੈਲ 2022 ਨੂੰ ਮੋਗਾ ਦੇ ਵਿੱਚ 1 ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਹੋਇਆ। ਮ੍ਰਿਤਕ ਪਿੰਡ ਮਾੜੀ ਮੁਸਤਫਾ ਦਾ ਸੀ। ਇਹ ਉਹ ਤਮਾਮ ਵੱਡੀਆਂ ਘਟਨਾਵਾਂ ਸਨ ਜੋ ਪੰਜਾਬ ਦੇ ਵਿੱਚ 1 ਤੋਂ ਬਾਅਦ 1 ਵਾਪਰੀਆਂ। ਇਹਨਾਂ ਵਾਰਦਾਤਾਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਉੱਪਰ ਸਵਾਲ ਉਠਾਏ। ਇੱਥੇ ਵੇਲਾ ਉਹ ਚੱਲਿਆ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਗੱਲ ਕਰਾਂਗੇ 1 ਤੋਂ ਬਾਅਦ 1 ਸਾਲ ਦੇ ਵਿੱਚ ਬਦਲੇ 5 DGP ਦੀ।
ब्रेक तो बाद स्वागत है। बॉर्डर स्टेट पंजाब दे विच पिछले करीब एक साल दे विच बैक टू बैक पांच डीजीपी बदल दिए गए हैं। दिनकर गुप्ता की गल करिए, दिनकर गुप्ता तो लैके गौरव यादव तक, यानी कि पिछले करीब एक साल दे विच पांच डीजीपी बदल दिए गए हैं। किहड़े किहड़े डीजीपी बदले ने एक नज़र मार लैंदे आ। साबका डीजीपी पंजाब दिनकर गुप्ता की विदाई तो लैके डीजीपी गौरव यादव तकर कुल पांच डीजीपी की बदली साल भर च हो चुकी है। हुण पंजाब नूं पंजवां नवा कार्यकारी डीजीपी गौरव यादव वजो मिले है। साबका डीजीपी पंजाब दिनकर गुप्ता नूं कैप्टन अमरिंदर सिंह दे मुख्यमंत्री कार्यकाल दौरान साल 2019 च पुलिस फोर्स का प्रमुख नियुक्त किया गया सी, पर सत्ता तब्दीली आई अते कैप्टन दी कुर्सी जाण बाद दिनकर गुप्ता ने छुट्टी दे लई अर्जी दाखिल करदिआं केंद्रीय डेपुटेशन ते चले गए सन, जो एनआईए डायरेक्टर तैनात कर दिते गए। दिनकर गुप्ता तो बाद उन्हां दी जगह कार्यकारी डीजीपी दे तौर ते 1988 बैच दे आईपीएस अधिकारी इकबाल प्रीत सहूता नूं तैनात कीता गया। पर डीजीपी अहुदे नूं लैके चल रही साबका मुख्यमंत्री चरणजीत सिंह चन्नी अते कांग्रेस दे साबका प्रधान नवजोत सिंह सिद्धू विचकारले खिचोतान तो बाद आखिरकार आईपीएस सहूता नूं भी हटा दिता गया अते दसंबर 2021 दे आखिरी पंदरवाड़े च सिद्धार्थ चट्टोपाध्याय नूं कार्यकारी डीजीपी लगा दिता गया अते कुछ दिन बाद ही यूपीएससी पैनल चो चट्टोपाध्याय दा नाम ना होने कारण जनवरी दे विच वीके पवरा नूं पंजाब दा स्थाई डीजीपी नियुक्त किया गया। हुण वीके पवरा दी छुट्टी ते जाण मगरों आईपीएस गौरव यादव नूं कार्यकारी डीजीपी लगा दिता गया ते जेकर वीके पवरा केंद्रीय डेपुटेशन ते चले जांदे ने, जो पहला ही चिट्ठी विच जिक्र कर चुके ने, तां फिर उस तों बाद पंजाब सरकार केंद्र नूं स्थाई डीजीपी दे लई पैनल दी लिस्ट भेजेगी, जिस दे विचों यूपीएससी तीन आईपीएस दी लिस्ट पंजाब सरकार नूं भेजेगी। लिहाजा आईपीएस गौरव यादव दा कार्यकाल हाले 2029 तक बाकी है। अजिहे च स्थाई डीजीपी दी तैनाती दे लई मुख्यमंत्री दे नजदीक होण दा फायदा गौरव यादव नूं ही मिलदा होया नजर आ रहा है। गौरव यादव पंजाब दे नए ऑफिशिएटिंग डायरेक्टर जनरल ऑफ पुलिस बनन जा रहे ने। प्रेजेंट डीजीपी वीके पवरा 5 जुलाई तो 2 महीने दी छुट्टी जा रहे ने ते उसके बाद गौरव यादव ऑफिशिएटिंग डीजीपी पंजाब दे बनन जा रहे ने। 10 महीने दे अंदर पंजाब पंजवां डायरेक्टर जनरल ऑफ पुलिस पंजाब नूं मिलेगा। जदों कैप्टन अमरिंदर सिंह ने बतौर चीफ मिनिस्टर रिजाइन किया सीगा, उस वक्त दिनकर गुप्ता डीजीपी सीगे ते दिनकर गुप्ता तो बाद आईपीएस सहूता उन्हां नूं ऑफिशिएटिंग डीजीपी बनाया गया सीगा ते उस तो बाद जदों आईपीएस सहूता इंद्रप्रीत सिंह सहूता उन्हां तो बाद सिद्धार्थ चट्टोपाध्याय दिसंबर दे विच सिद्धार्थ चट्टोपाध्याय नूं ऑफिशिएटिंग डीजीपी बनाया गया सीगा ते 8 जनवरी नूं वीके पवरा दी अपॉइंटमेंट बतौर रेगुलर डीजीपी हुई सीगी, जो पैनल सरकार वल्लों उस वक्त भेजा गया सीगा ते यूपीएससी ने 3 नौं भेजे सी, उन्हां विचों वीके पवरा दा नौं सरकार ने जिहड़ा है बतौर रेगुलर डीजीपी सिलेक्ट कीता सीगा। हालांकि हुण जदों नई सरकार आम आदमी पार्टी बनी है तो उस तो बाद लगातार लॉ एंड ऑर्डर से पंजाब के सवाल उठ रहे हैं, जदों की सरकार बनी है उदों तो विरोधी जिहड़े ने लगातार क्वेश्चन कर रहे हैं कि पंजाब दे विच लॉ एंड ऑर्डर की स्थिति जिहड़ी है वह खराब हो गई है। मर्डर्स हो रहे हैं, गैंगस्टर्स बहुत ज़्यादा एक्टिव हो गए ने, गैंगस्टर्स फरौतियां मंग रहे ने, चाहे वह कबड्डी खिलाड़ी का जिहड़ा मर्डर सीगा उसका जिक्र कर लिए, भावें वह पटियाला दे विच जिहड़ा क्लैशिज होए सीगे दो कम्युनिटीज़ दे विच उसकी गल कर लिए, तो रिसेंट जिहड़ा 29 मई नूं पंजाबी रैपर सिद्धू मूसेवाला का जो कत्ल हो गया सी मानसा दे विच, ते लगातार विरोधी आम आदमी पार्टी सरकार टारगेट कर रहे सीगे कि लॉ एंड ऑर्डर की स्थिति जिहड़ी है वह खराब हो गई है ते वीके पवरा दे प्रेशर जिहड़ा है वह लगातार बढ़ रहा सी ते इस विच वह 5 जुलाई तो 2 महीने की छुट्टी जा रहे ने ते इस दौरान हुण गौरव यादव नूं ऑफिशिएटिंग डीजीपी जिहड़ा है वह लाया जाएगा। जे वीके पवरा सेंट्रल डेपुटेशन ते जांदे ने ते उस दे बाद रेगुलर डीजीपी पंजाब नूं जिहड़ा है वह मिल सकता है, अगर वीके पवरा सेंट्रल डेपुटेशन ते जांदे ने। उसकी जो प्रोसैस है, जो यूपीएससी नूं पैनल भेजा जाना है, पैनल ते तीन अधिकारियों के नाम जिहड़े ने वह यूपीएससी भेजेगा, पंजाब सरकार उन्हां तीन विचों सिलेक्ट करेगी। पर फिलहाल जदों 5 जुलाई तो वीके पवरा छुट्टी जा रहे हैं 2 महीने की, तो गौरव यादव पंजाब के ऑफिशिएटिंग डीजीपी बनन जा रहे हैं। इत्थे वेला कोर छोटे जे ब्रेक दा, ब्रेक तो बाद गल करांगे नवें डीजीपी नूं लैके विरोधी की कह रहे हैं।
ब्रेक तो बाद स्वागत है। सूबे के अमन कानून की स्थिति को लेकर सत्ता धिर पहला ही विरोधियों के निशाने के उपर सी और जिस तरीके दे नाल बैक टू बैक डी जी भी बदले जा रहे हैं उसनों लैके भी विरोधी धिर सत्ता धिर के उपर सवाल कर रही हैं और कह रही हैं कि जिस तरीके दे नाल सत्ता धिर काम कर रही है वह उन्हां दी समझ तो बाहर की गल लग रही है। एक पासे सूबे की लॉ एंड ऑर्डर की स्थिति अते दूसरे पासे पिछले एक साल च बैक टू बैक पांच डीजीपी बदल दिते गए जिसते विरोधी धिरां भी हुण सरकार नूं सवाल ते सवाल खड़े कर रही ने। अकाली दल ने कहा है कि मौजूदा सिस्टम समझ तो बाहर होया पे है। ए प्रेरोगेटिव ता सरकार दा हुंदा कि जिन्हों मर्जी लाउण, पर किते ना किते गल सवाल जरूर उठदी है कि ए सिस्टम बणी की जांदा पिया है, ਕਿਵੇਂ ਡੀਜੀਪੀ ਬਦਲੀ ਜਾਂਦੇ ਆ, ਜਿਵੇਂ ਰਾਤ ਨੂੰ ਟਾਈਮ ਬੌਂਡ ਲਾਇਆ ਹੋਇਆ ਦਿਨਕਰ ਗੁਪਤਾ ਤੋਂ ਐਨਆਈਏ ਦਾ ਬਣ ਗਿਆ ਡੀਜੀਪੀ, ਹੀ ਹੈਜ਼ ਗੋਟ ਐਲੀਵੇਸ਼ਨ। ਹੁਣ ਇਹ ਦੱਸਣ ਕਿ ਜਿਹਨੂੰ ਨਿਕੰਮਾ ਕਰਕੇ ਤੁਸੀਂ ਕੱਢਿਆ ਸੀ ਉਹ ਤਾਂ ਐਨਆਈਏ ਦਾ ਡੀਜੀ ਬਣ ਗਿਆ, ਜੀ ਪਹਿਲਾਂ ਆਈ ਵਿੱਚ ਰਹਿ ਦੇ ਇਹ ਹੁਣ ਤੁਸੀਂ ਕੱਟਦਾ, ਹੁਣ ਰੱਬ ਜਾਣੇ ਸੈਂਟਰ 'ਚ ਜਾ ਕੇ ਕੀ ਲੱਗਦਾ ਇਹ ਜਾਣਦਾ। ਦੇਖੋ ਗੱਲ ਕੀ ਹੈ, ਸਿਸਟਮ ਦੇ ਵਿੱਚ ਸਿਸਟਮ ਨੂੰ ਚੱਲਣ ਦੇਣਾ ਚਾਹੀਦਾ। ਜਦ ਤੁਸੀਂ ਇਹ ਦੇਖਦੇ ਹੋ ਕਿ ਸਿਸਟਮ ਚੱਲੇ ਨਾ ਚੱਲੇ ਤੁਹਾਡੀ ਚੱਲੇ। विरोधी धिरां ने कहा है कि मौजूदा सरकार जो कर रही है अति जो पंजाब के हालात ने जिथे सरकार डीजीपी नूं जिम्मेवार मानती है तो जिम्मेवारी तो होम मिनिस्टर की भी बराबर ही बनती है। बीजेपी मुताबिक पिछले थोड़े ही समय च इन्ने डीजीपी बदलना चिंता का विषय है। एक साल च पंजाब च पांच पांच डीजीपी बदले जाना, मैं समझदा हूं कानून व्यवस्था साडी किधर नूं जा रही है। ਪੰਜਾਬ ਪੁਲਿਸ ਜਿਹੜੀ ਦੁਨੀਆ ਦੀ ਬਿਹਤਰੀਨ ਪੁਲਿਸ ਆ, ਉਸ ਨੂੰ ਬੈਡ ਨੇਮ ਦਿਲਵਾਉਣਾ, ਉਸ ਨੇ ਪਰਫਾਰਮ ਨਾ ਕਰ ਪਾਉਣਾ, ਇਹੀ ਕਾਰਨ ਆ ਕਿ ਡੀਜੀਪੀ ਵਾਰ ਵਾਰ ਬਦਲੇ ਜਾ ਰਹੇ ਆ। ਔਰ ਮੈਂ ਸਮਝਦਾ ਕਿ ਹੁਣ ਜਿਨ੍ਹਾਂ ਨੂੰ ਜ਼ਿੰਮੇਦਾਰੀ ਦਿੱਤੀ ਗਈ ਆ ਉਹਨਾਂ ਨੂੰ ਵੀ ਪੱਕੀ ਜ਼ਿੰਮੇਦਾਰੀ ਦੇਣ, ਕਾਬਲ ਅਫਸਰ ਨੇ ਗੌਰਵ ਯਾਦਵ, ਔਰ ਮੈਂ ਪੰਜਾਬ ਪੁਲਿਸ ਬਿਹਤਰ ਪਰਫਾਰਮ ਕਰੇਗੀ ਉਹਨਾਂ ਦੀ ਲੀਡਰਸ਼ਿਪ ਦੇ ਅੰਦਰ। ਔਰ ਸਰਕਾਰੀ ਜਿਹੜਾ ਦਬਾਅ ਆ, ਗਲਤ ਦਬਾਅ, ਗਲਤ ਕੰਮ ਕਰਨ ਦੇ ਲਈ, ਉਸ ਨੂੰ ਉਹ ਨਹੀਂ ਮੰਨਣਗੇ, ਮੈਂ ਇਹ ਉਮੀਦ ਕਰਦਾ। ਔਰ ਪੰਜਾਬ ਪੁਲਿਸ ਬਿਹਤਰ ਪੁਲਿਸ ਹੋਏਗੀ, ਇੰਨਾ ਹੀ ਕਹਿੰਦਾ ਹੋਇਆ ਮੈਂ ਪੰਜਾਬ ਸਰਕਾਰ ਨੂੰ ਵੀ ਇਹ ਪ੍ਰਾਰਥਨਾ ਕਰਦਾ ਕਿ ਹੁਣ ਪੁਲਿਸ ਦੇ ਕੰਮਾਂ 'ਚ ਸਿਆਸਤ ਤੋਂ ਪ੍ਰੇਰਿਤ ਦਖਲਅੰਦਾਜ਼ੀ ਨਾ ਕਰੇ। ਸੂਬੇ ਦੇ ਮੁੱਖ ਮੰਤਰੀ ਨੂੰ ਜਦੋਂ ਲਗਾਤਾਰ ਬਦਲੇ ਜਾ ਰਹੇ ਡੀਜੀਪੀ ਮੁਤਲਕ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਮਹਿਜ਼ ਦੋ ਸ਼ਬਦਾਂ ਦੇ ਵਿੱਚ ਹੀ ਜਵਾਬ ਦਿੱਤਾ। ਸ਼ਾਸਨ ਚੇਂਜ ਹੁੰਦਾ ਰਹਿੰਦਾ, ਸ਼ਾਸਨ ਚੇਂਜ ਹੁੰਦਾ ਰਹਿੰਦਾ। ਖੈਰ, ਵੀਕੇ ਭਵਰਾ ਦੇ ਛੁੱਟੀ ਤੇ ਜਾਣ ਮਗਰੋਂ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਲਗਾ ਦਿੱਤਾ ਗਿਆ। ਪਰ ਸਵਾਲ ਇਹ ਹੈ ਕਿ ਪੰਜਾਬ ਦੇ ਡੀਜੀਪੀ ਬਦਲਣ ਦੇ ਨਾਲ ਸੂਬੇ ਅੰਦਰ ਚੱਲ ਰਹੀਆਂ ਵਾਰਦਾਤਾਂ ਰੁਕਣਗੀਆਂ? ਕਿ ਪੰਜਾਬ ਪੁਲਿਸ ਮੁੜ ਆਪਣੇ ਪਹਿਲਾਂ ਵਾਲੇ ਅਕਸ ਨੂੰ ਹਾਸਿਲ ਕਰ ਪਾਏਗੀ? ਅੱਜ ਇਹ ਕਈ ਚੁਣੌਤੀਪੂਰਨ ਸਵਾਲ ਨੇ ਜਿਸ ਦਾ ਜਵਾਬ ਹੁਣ ਸ਼ਾਇਦ ਨਵੇਂ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੂੰ ਆਪਣੇ ਕੰਮ ਰਾਹੀਂ ਦੇਣਾ ਹੋਵੇਗਾ। ਤਾਂ ਫਿਲਹਾਲ ਸਾਂਝਾ ਸਪੈਸ਼ਲ ਦੇ ਵਿੱਚ ਇੰਨਾ ਹੀ, ਪਰ ਨਵੀਆਂ ਦੇਸ਼ ਦੁਨੀਆਂ ਦੀ ਖਬਰਾਂ ਲਈ ਤੁਸੀਂ ਦੇਖਦੇ ਰਹੋ ABP ਸਾਂਝਾ।